ਪੰਜਾਬ ਏਕਤਾ ਪਾਰਟੀ ਜ਼ਿਲ੍ਹਾ ਜਲੰਧਰ ਕਿਸਾਨ ਵਿੰਗ ਦੇ ਪ੍ਰਧਾਨ ਤਰਲੋਕ ਸਿੰਘ ਵਿਰਕ ਨੇ ਲੋਕ ਸਭਾ ਹਲਕਾ ਜਲੰਧਰ ਤੋਂ ਪੰਜਾਬ ਡੈਮੋਕਰੇਟਿਕ ਅਲਾਇੰਸ ਅਤੇ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਬਲਵਿੰਦਰ ਕੁਮਾਰ ਦੇ ਹੱਕ ਵਿੱਚ ਵੋਟਾਂ ਪਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਦੇਸ਼ ਨੂੰ ਗੁਲਾਮੀ ਦੇ ਕੰਢੇ 'ਤੇ ਲਿਆ ਕੇ ਖੜ੍ਹਾ ਕਰ ਦਿੱਤਾ ਹੈ, ਇਸ ਲਈ ਦੇਸ਼ ਅੰਦਰ ਤਬਦੀਲੀ ਲਿਆਉਣ ਦੀ ਲੋੜ ਹੈ ਅਤੇ ਅਕਾਲੀ ਭਾਜਪਾ ਅਤੇ ਕਾਂਗਰਸ ਨੂੰ ਚੱਲਦਾ ਕਰਨਾ ਪਵੇਗਾ। ਦਾਸ ਤਰਲੋਕ ਸਿੰਘ ਵਿਰਕ, ਪੰਜਾਬ ਏਕਤਾ ਪਾਰਟੀ ਜ਼ਿਲ੍ਹਾ ਜਲੰਧਰ ਦੇ ਕਿਸਾਨ ਵਿੰਗ ਦੇ ਪ੍ਰੈਜ਼ੀਡੈਂਟ। ਅੱਜ ਮੌਕਾ ਆ ਕਿ ਖਹਿਰਾ ਜੀ ਨੇ ਪੰਜਾਬ ਜਮਹੂਰੀਅਤ ਗੱਠਜੋੜ, ਜਿਹੜਾ ਕਿ ਵੱਖ ਵੱਖ ਪਾਰਟੀਆਂ ਦੇ ਆਗੂ ਸਾਹਿਬਾਨਾਂ ਨੂੰ ਮਿਲ ਕੇ ਬਣਾਇਆ, ਅਸੀਂ ਉਹਨਾਂ ਦੇ ਧੰਨਵਾਦੀ ਵੀ ਹਾਂ ਕਿ ਜਿਹੜੇ ਲੋਕ ਕਿਰਤੀ ਲੋਕਾਂ ਦੇ ਲਈ ਹਮੇਸ਼ਾ ਲੜਾਈ ਦੇ ਵਿੱਚ ਤੱਤਪਰ ਰਹਿੰਦੇ ਸਨ, ਉਹਨਾਂ ਲੋਕਾਂ ਨੂੰ ਇੱਕ ਪਲੇਟਫਾਰਮ 'ਤੇ ਲਿਆ ਕੇ ਇਕੱਠਾ ਕੀਤਾ, ਜਿਹਦਾ ਨਾਂ ਰੱਖਿਆ ਪੰਜਾਬ ਜਮਹੂਰੀਅਤ ਗੱਠਜੋੜ PDA। ਉਸ ਦੇ ਵਿੱਚ ਵੱਖ ਵੱਖ ਸੀਟਾਂ 'ਤੇ ਜਿਹੜੇ ਹੈਗੇ ਆ ਕੈਂਡੀਡੇਟ ਲੜਾਈ ਲੜ ਰਹੇ ਆ। ਜਲੰਧਰ ਦੇ ਵਿੱਚ BSP ਵੱਲੋਂ ਸ਼੍ਰੀ ਬਲਵਿੰਦਰ ਕੁਮਾਰ ਜੀ, ਇਸੇ ਤਰ੍ਹਾਂ ਵੱਖ ਵੱਖ 13 ਸੀਟਾਂ 'ਤੇ ਪੰਜਾਬ ਦੀਆਂ ਦੇ ਉੱਤੇ ਵੱਖ ਵੱਖ ਪਾਰਟੀਆਂ ਦੇ ਕੈਂਡੀਡੇਟ ਲੜਾਈ ਦੇ ਰਹੇ ਆ। ਮੈਂ ਆਪਣੇ ਕਿਸਾਨ ਵੀਰਾਂ ਵੱਲੋਂ ਸਮੂਹ ਕਿਸਾਨਾਂ ਨੂੰ ਔਰ ਮਜ਼ਦੂਰਾਂ ਨੂੰ ਬੇਨਤੀ ਕਰਦਾ ਕਿ ਪਹਿਲੀ ਵਾਰ ਮੌਕਾ ਮਿਲਿਆ ਕਿ ਆਪਾਂ ਜਿਹੜਾ ਹੈਗਾ ਇੱਕ ਫਰੰਟ ਬਣਿਆ ਅਤੇ ਉਸ ਨੂੰ ਆਪਾਂ ਜਿਹੜਾ ਹੈਗਾ ਕਾਮਯਾਬ ਕਰਕੇ ਅਤੇ ਦਿੱਲੀ ਦੇ ਵਿੱਚ ਜਿਹੜਾ ਪਾਰਲੀਮੈਂਟ ਦੇ ਵਿੱਚ ਮੈਂਬਰਾਂ ਨੂੰ ਭੇਜੀਏ, ਤਾਂ ਜੋ ਜਿਹੜਾ ਕਿ ਪ੍ਰਧਾਨ ਮੰਤਰੀ ਦੀ ਕੁਰਸੀ ਦੇ ਉੱਤੇ ਬੈਠੇਗਾ, ਯੋਗ ਉਮੀਦਵਾਰ ਬੈਠੇਗਾ, ਉਹ ਜਿਹੜਾ ਹੈਗਾ ਇਹਨਾਂ ਗਰੀਬਾਂ ਦੀ ਮਿਹਨਤਕਸ਼ ਲੋਕਾਂ ਦੀ ਬਾਂਹ ਫੜੇਗਾ, ਤਾਂ ਹੀ ਜਿਹੜਾ ਹੈਗਾ ਜਿਹੜੇ ਕਿ 80% ਲੋਕ ਇੱਥੇ ਖੇਤੀਬਾੜੀ ਕਰਦੇ ਆ, ਕਿੱਤੇ ਦੇ ਨਾਲ ਸੰਬੰਧ ਆ ਜਾਂ ਮਜ਼ਦੂਰੀ ਕਰਦੇ ਆ, ਕਿਸਾਨ ਅਤੇ ਮਜ਼ਦੂਰ ਜਿਹੜੇ ਹੈਗੇ ਆ ਉਹ ਆਪਣਾ ਜਿਹੜਾ ਹੈਗਾ ਤਾਂ ਹੀ ਉਹਨਾਂ ਦਾ ਭਲਾ ਹੋ ਸਕਦਾ ਜੇ ਕਿ ਆਪਾਂ PDA ਦੇ ਉਮੀਦਵਾਰ ਜਿੱਥੇ ਵੀ ਕਿਤੇ PDA ਦਾ ਉਮੀਦਵਾਰ ਜਿਹੜਾ ਖੜ੍ਹਾ ਉਹਨਾਂ ਨੂੰ ਹੀ ਵੋਟਾਂ ਪਾਈਏ। ਦੂਜੀਆਂ ਪਾਰਟੀਆਂ ਨੂੰ ਆਪਾਂ ਬੜਾ ਚਿਰ ਅਜਮਾ ਕੇ ਦੇਖ ਲਿਆ, ਉਹਨਾਂ ਨੇ ਲਾਰਿਆਂ ਤੋਂ ਬਜਾਏ ਹੋਰ ਕੁਛ ਨਹੀਂ ਕੀਤਾ। ਮੋਦੀ ਦੇ 15 ਲੱਖ ਦਾ ਜਿਹੜਾ ਹੈਗਾ ਜੁਮਲਾ ਸੁਣਾ ਕੇ ਅਤੇ ਲੋਕਾਂ ਨੂੰ ਕਿੱਥੇ 1 ਰੁਪਈਆ ਨਹੀਂ ਦਿੱਤਾ ਅਤੇ ਸਗੋਂ ਖਾਤਿਆਂ ਦੇ ਵਿੱਚ 500-500 ਰੁਪਈਆ ਪਵਾ ਕੇ ਅਤੇ ਹੋਰ ਪੈਸੇ ਗਰੀਬਾਂ ਦੇ ਲੁੱਟੇ ਆ ਉਹਨਾਂ ਨੇ, ਉਹਨਾਂ ਨੂੰ ਮੂੰਹ ਤੋੜ ਜਵਾਬ ਦੇਣ ਦੇ ਲਈ ਜਿਹੜਾ ਹੈਗਾ ਆਪਾਂ 19 ਤਰੀਕ ਨੂੰ ਜਿਹੜਾ ਹੈਗਾ ਜਲੰਧਰ ਲੋਕ ਸਭਾ ਹਲਕੇ ਤੋਂ ਜਿਹੜਾ ਕਿ ਸ਼੍ਰੀ ਬਲਵਿੰਦਰ ਕੁਮਾਰ ਨੂੰ ਹਾਥੀ ਦੇ ਨਿਸ਼ਾਨ 'ਤੇ ਵੋਟਾਂ ਪਾ ਕੇ ਕਾਮਯਾਬ ਕਰੀਏ, ਤਾਂ ਜੋ ਉਹ ਜਾ ਕੇ ਸਾਡੇ ਲੋਕਾਂ ਦੇ ਲਈ ਲੜਾਈ ਲੜ ਸਕਣ। ਗੁਰਾਇਆ ਤੋਂ ਨਿਰਮਲ ਗੁੜਾ ਅਤੇ ਬਿੰਦਰ ਸੁਮਨ ਦੀ ਰਿਪੋਰਟ। ਸਾਂਚੀ ਦੇ ਸਿਰਫ ਖਬਰਾਂ ਜਾਣਨ ਦੇ ਲਈ ਨਹੀਂ, ਸੱਭਿਆਚਾਰਕ ਪ੍ਰੋਗਰਾਮ, ਖਾਸ ਮੁਲਾਕਾਤ, ਖਾਸ ਮੁਲਾਕਾਤ ਦੇ ਵਿੱਚ ਸੋਸ਼ਲ ਇਸ਼ੂ, ਪੋਲੀਟੀਕਲ ਇਸ਼ੂ, ਇਹਨਾਂ ਸਾਰੇ ਇਸ਼ੂਜ਼ ਨੂੰ ਜਾਣਨ ਦੇ ਲਈ ਸਬਸਕ੍ਰਾਈਬ ਕਰੋ ਆਪਣਾ YouTube ਚੈਨਲ ਸਾਂਚ TV।